ਕਰਮਜੀਤ ਸਿੰਘ ਔਜਲਾ ਦੀ ਕਹਾਣੀ ਨਵੀਨ ਗੀਤਾ ਉਪਦੇਸ਼ ਧਰਮਪ੍ਰਕਾਸ਼ ਸ਼ਾਸਤਰੀ ਦਾ ਧਰਮ ਸੰਕਟ ਡੂੰਗਾ ਹੁੰਦਾ ਜਾ ਰਿਹਾ ਸੀ ਉਹ ਆਪਣੇ ਇਕਲੌਤੇ ਅਫਸਰ ਪੁੱਤਰ ਨੂੰ ਜੀਵਨ ਯੁੱਧ ਦੇ ਸਬੰਧ ਚ ਨਾ ਹੀ ਮਹਾਨ ਉਪਦੇਸ਼ ਦੇਣਾ ਚਾਹੁੰਦੇ ਸਨ ਜਨਾ ਮਹਾਨ ਉਪਦੇਸ਼ ਦੇ ਕੇ ਭਗਵਾਨ ਕ੍ਰਿਸ਼ਨ ਨੇ ਅਰਜਨ ਦੇ ਮੋਹ ਤੇ ਅਗਿਆਨ ਦਾ ਨਾਸ ਕਰ ਦਿੱਤਾ ਸੀ ਸ਼ਾਸਤਰੀ ਜੀ ਦਾ ਪੁੱਤਰ ਰਮੇਸ਼ ਕੁਮਾਰ ਵੀ ਮੋਹ ਤੇ ਅਗਿਆਨ ਦਾ ਸ਼ਿਕਾਰ ਹੋ ਕੇ ਆਪਣੇ ਕਰਤੱਵ ਪਾਲਣ ਤੋਂ ਅਭੇਲਣਾ ਕਰ ਰਿਹਾ ਸੀ ਪੁੱਤਰ ਰਮੇਸ਼ ਨੂੰ ਕਰਤੱਵ ਪਾਲਣਾ ਦੀ ਚੇਤਨਾ ਤਾਂ ਸ਼ਾਸਤਰੀ ਜੀ ਨੇ ਜ਼ਰੂਰੀ ਕਰਵਾਉਣੀ ਸੀ ਉਹ ਤਾਂ ਇਸ ਉਪਦੇਸ਼ ਲਈ ਪੂਰੀ ਤਰ੍ਹਾਂ ਦ੍ਰਿੜ ਸੰਕਲਪ ਸਨ ਉਹਨਾਂ ਨੂੰ ਯਕੀਨ ਸੀ ਕਿ ਉਹਨਾਂ ਦਾ ਪੁੱਤਰ ਉਹਨਾਂ ਦੇ ਧਰਮ ਵਿਵੇਕ ਦੇ ਅੱਗੇ ਆਪਣੀਆਂ ਅਗਿਆਨੀ ਧਾਰਨਾਵਾਂ ਨੂੰ ਸੁੱਟ ਕੇ ਜੀਵਨ ਦੇ ਉਸ ਸਾਰਥਕ ਯੁੱਧ ਲਈ ਤਿਆਰ ਹੋ ਜਾਏਗਾ ਜਿਹੜਾ ਯੁੱਧ ਜਗ ਕਰਮ ਉਹ ਆਪਣੇ ਪੁੱਤਰ ਤੋਂ ਕਰਵਾਣਾ ਚਾਹੁੰਦੇ ਸਨ ਆਖਰ ਪਿਓ ਪੁੱਤਰ 'ਚ ਮਤਭੇਦ ਕਿਉਂ ਸੀ ਇਹਦਾ ਕਾਰਨ ਸ਼ਾਸਤਰੀ ਜੀ ਦੁਆਰਾ ਬਦਲੇ ਵਕਤ ਕਾਰਨ ਧਰਮ ਪ੍ਰਤੀ ਬਦਲਿਆ ਦ੍ਰਿਸ਼ਟੀਕੋਣ ਸੀ ਸ਼ਾਸਤਰੀ ਜੀ ਦਾ ਸਦਾ ਅਗਿਆਕਾਰੀ ਰਹਿਣ ਵਾਲਾ ਤੇ ਉਹਨਾਂ ਦੀ ਦਲੀਲ ਅਗੇ ਸਦਾ ਆਪਣੀ ਸੋਚ त्याਗਣ ਵਾਲਾ ਅੱਜ ਅਸਹਿਮਤ ਕਿਉਂ ਸੀ ਇਸੇ ਅਸਹਿਮਤੀ ਕਾਰਨ ਤਾਂ ਸ਼ਾਸਤਰੀ ਜੀ ਧਰਮ ਸੰਕਟ ਵਿੱਚ ਸਨ ਇਸ ਧਰਮ ਸੰਕਟ ਦੇ ਨਿਵਾਰਨ ਲਈ ਸ਼ਾਸਤਰੀ ਜੀ ਨੂੰ ਜ਼ਰੂਰ ਨਵਾਂ ਧਰਮ ਉਪਦੇਸ਼ ਕਰਨ ਪੈਣਾ ਸੀ ਜਾਂ यूं ਕਹਿ ਲਓ ਕਿ ਸ਼ਾਸਤਰੀ ਜੀ ਨੂੰ ਨਵੀਂ ਗੀਤਾ ਦੀ ਸਿਰਜਣਾ ਕਰਨੀ ਪੈਣੀ ਸੀ ਨਵੀਂ ਗੀਤਾ ਦੀ ਸਿਰਜਣਾ ਦਾ ਵਿਚਾਰ ਆਉਂਦਿਆਂ ਹੀ ਸ਼ਾਸਤਰੀ ਜੀ ਦੀਆਂ ਅੱਖਾਂ ਚਮਕ ਉਠੀਆਂ ਸਨ। ਉਹਨਾਂ ਦੇ ਸਾਹਮਣੇ ਜਿਵੇਂ ਰਸਤਾ ਸਪਸ਼ਟ ਹੋ ਗਿਆ ਹੋਵੇ। ਆਪਣੇ ਕਰਤੱਵ ਦੀ ਤਾਂ ਉਹਨਾਂ ਨੂੰ ਪਹਿਲਾਂ ਹੀ ਚੇਤਨਾ ਸੀ। ਹੁਣ ਰਸਤਾ ਵੀ ਸਪਸ਼ਟ ਹੋਣ ਕਰਕੇ ਉਹਨਾਂ ਦਾ ਆਤਮ ਵਿਸ਼ਵਾਸ ਪੂਰੇ ਜੋਬਨ ਤੇ ਆ ਗਿਆ। ਨਵੀਂ ਗੀਤਾ ਦਾ ਉਪਦੇਸ਼ ਉਹਨਾਂ ਦੀ ਜ਼ੁਬਾਨ ਤੋਂ ਪੁੱਤਰ ਦੇ ਕੰਨਾਂ 'ਚ ਪਹੁੰਚਣਾ ਸੀ। ਪੁੱਤਰ ਰੂਪੀ ਅਰਜਨ ਨੇ ਸੁਟੇ ਹੋਏ ਹਥਿਆਰ ਚੁੱਕ ਲੈਣੇ ਸੀ ਤੇ ਬਸ ਫਿਰ ਧਰਮ ਯੁੱਧ ਦੀ ਸ਼ੁਰੂਆਤ ਬਸ ਰਮੇਸ਼ ਮੇਰੇ ਸਾਹਮਣੇ ਆ ਜਾ ਇੱਕ ਵਾਰੀ। ਸ਼ਾਸਤਰੀ ਜੀ ਨੇ ਨਿਸ਼ਚਿਤ ਜਿੱਤ ਦੀ ਇੱਛਾ ਨਾਲ ਕੇਵਲ ਇਹੋ ਹੀ ਚਾਹਿਆ। ਸ਼ਾਸਤਰੀ ਜੀ ਨੇ ਉਸ ਦਿਨ ਬਾਰੇ ਸੋਚਿਆ ਉਸ ਦਿਨ ਸਨੇਚਰਵਾਰ ਸੀ। ਇਸ ਤੋਂ ਉਹਨਾਂ ਦੀ ਤਸੱਲੀ ਹੋਈ। ਅਗਲੇ ਦਿਨ ਐਤਵਾਰ ਦੀ ਛੁੱਟੀ ਹੋਣੀ ਸੀ। ਉਹਨਾਂ ਦਾ ਪੁੱਤਰ ਐਤਵਾਰ ਵਾਲੇ ਦਿਨ ਸਵੇਰ ਵੇਲੇ ਤੱਕ ਆਰੀ ਹੁੰਦਾ ਹੈ। ਉਹ ਦ੍ਰਿੜ ਨਿਸ਼ਚੇ ਹੋ ਗਏ। ਬਸ ਸਵੇਰੇ ਆਉਣ ਵਾਲੇ ਐਤਵਾਰ ਨੂੰ ਉਹਨਾਂ ਆਪਣੇ ਪੁੱਤਰ ਰੁਪੀ ਅਰਜਨ ਨੂੰ ਆਪ ਪਿਤਾ ਰੂਪੀ ਭਗਵਾਨ ਬਣ ਕੇ ਨਵਾਂ ਗੀਤਾ ਉਪਦੇਸ਼ ਦੇ ਹੀ ਦੇਣਾ ਸੀ ਜਿਸ ਨਾਲ ਉਹਨਾਂ ਦਾ ਸੰਪੂਰਨ ਧਰਮ ਸੰਕਟ ਖਤਮ ਹੋ ਜਾਣਾ ਸੀ ਉਹਨਾਂ ਨੂੰ 30 ਸਾਲ ਦੀ ਸਕੂਲ ਮਾਸਟਰੀ ਤੇ ਅਨੇਕਾਂ ਹੀ ਪੋਤੀਆਂ ਦੀ ਪੜ੍ਹਾਈ ਕਾਰਨ ਆਪਣੇ ਪੁੱਤਰ ਨੂੰ ਕਾਇਲ ਕਰ ਦੇਣ ਦਾ ਆਤਮ ਵਿਸ਼ਵਾਸ ਤਾਂ ਜ਼ਰੂਰ ਸੀ ਪਰ ਇਹ ਸੋਚ ਕੇ ਉਹ ਚਾਹੇ ਨਵੀਂ ਗੀਤਾ ਦੀ ਰਚਨਾ ਕਰਨ ਲੱਗੇ ਹਨ ਪਰ ਉਹ ਭਗਵਾਨ ਕ੍ਰਿਸ਼ਨ ਤਾਂ ਨਹੀਂ ਹਨ ਇਸ ਲਈ ਉਹਨਾਂ ਉਪਦੇਸ਼ ਲਈ ਕੁਝ ਤਿਆਰੀ ਦੀ ਜ਼ਰੂਰਤ ਮਹਿਸੂਸ ਕੀਤੀ ਤੇ ਇਸ ਕੰਮ 'ਚ ਰੁੱਝ ਗਏ ਸਭ ਤੋਂ ਪਹਿਲਾਂ ਉਹਨਾਂ ਨੇ ਪਰਚੋਲ ਕਰਨ ਕਰਨੀ ਉਚਿਤ ਜਾਣੀ ਕਿ ਆਖਰ ਉਹਨਾਂ ਦਾ ਪੁੱਤਰ ਰਿਸ਼ਵਤ ਲੈਣ ਤੋਂ ਇਨਕਾਰੀ ਕਿਉਂ ਹੈ ਰਿਸ਼ਵਤ ਤਾਂ ਕਿਸੇ ਵੀ ਅਫਸਰ ਦਾ ਅਧਿਕਾਰ ਹੈ ਉਹਦੇ ਪਰਿਵਾਰ ਦਾ ਭਵਿੱਖ ਤੇ ਵਰਤਮਾਨ ਦੀ ਖੁਸ਼ਹਾਲੀ ਹੁੰਦੀ ਹੈ ਉਹਨਾਂ ਦਾ ਪੁੱਤਰ ਇਸ ਕਰਤਵ ਨੂੰ ਕਿਉਂ ਨਹੀਂ ਪਾਲਦਾ ਸ਼ਾਸਤਰੀ ਜੀ ਸੋਚਦੇ ਰਹੇ ਬੜੇ ਚਿਰ ਪਿਛੋਂ ਉਹਨਾਂ ਨੇ ਨਤੀਜਾ ਕੱਢ ਲਿਆ ਉਨ੍ਹਾਂ ਅਨੁਸਾਰ ਉਨ੍ਹਾਂ ਦਾ ਪੁੱਤਰ ਰਮੇਸ਼ ਜ਼ਿਲ੍ਹਾ ਸਿਵਲ ਸਪਲਾਈ ਅਫਸਰ ਉਨ੍ਹਾਂ ਦੇ ਪਿਛਲੇ ਦਿੱਤੇ ਗਏ ਧਰਮ ਉਪਦੇਸ਼ਾਂ ਕਰਨੀ ਰਿਸ਼ਵਤ ਨੂੰ ਅਧਰਮ ਸਮਝ ਰਿਹਾ ਸੀ। ਉਨ੍ਹਾਂ ਦੀ ਸਮਝ ਅਨੁਸਾਰ ਪੁੱਤਰ ਰੂਪੀ ਅਰਜਨ ਨੂੰ ਜੇ ਇਹ ਜਤਾਤਾ ਜਾਵੇ ਕਿ ਵਕਤ ਦੇ ਬਦਲਣ ਦੇ ਨਾਲ ਧਰਮ ਵੀ ਬਦਲ ਜਾਂਦਾ ਹੈ ਤਾਂ ਉਨ੍ਹਾਂ ਦਾ ਗੀਤਾ ਉਪਦੇਸ਼ ਜ਼ਰੂਰ ਹੀ ਸਫਲ ਹੋਏਗਾ। ਸ਼ਾਸਤਰੀ ਜੀ ਖੁਸ਼ ਹੋਏ ਹੁਣ ਉਦੇਸ਼ ਤੇ ਵਿਧੀ ਦੋਵੇਂ ਸਪਸ਼ਟ ਸਨ। ਹੁਣ ਕਾਦੀ ਮੁਸ਼ਕਲ ਦਲੀਲ ਦੀ ਪ੍ਰੌੜਤਾ ਲਈ ਉਨਾਂ ਕੋਲ ਮਹਾਭਾਰਤ ਤੇ ਰਮਾਇਣ ਚੋਂ ਕਈ ਉਦਾਹਰਨਾਂ ਸਨ ਹੁਣ ਤਾਂ ਪੁੱਤਰ ਰੁਪੀ ਅਰਜਨ ਨੂੰ ਰਿਸ਼ਵਤ ਲੈਣ ਲਈ ਹਥਿਆਰ ਰੂਪੀ ਕਲਮ ਇੱਕ ਖਾਸ ਅੰਦਾਜ਼ ਚ ਚਲਾਉਣੀ ਪੈਗੀ ਐਤਵਾਰ ਆ ਗਿਆ ਪਿਤਾ ਪੁੱਤਰ ਰਮੋ ਸਾਹਮਣੇ ਸਨ ਪੁੱਤਰ ਡਰਾਇੰਗ ਰੂਮ ਚ ਬੈਠਾ ਸੀ ਅਖਬਾਰ ਦੀਆਂ ਸੁਰਖੀਆਂ ਤੇ ਨਜ਼ਰ ਮਾਰ ਕੇ ਕ੍ਰਿਸ਼ਨ ਰੂਪੀ ਪਿਤਾ ਦਾ ਉਸ ਕਮਰੇ ਚ ਪ੍ਰਵੇਸ਼ ਹੋਇਆ ਤੇ ਨਾਲ ਹੀ ਆਰੰਭ ਹੋ ਗਿਆ ਉਪਦੇਸ਼ ਪੁੱਤਰ ਰਮੇਸ਼ ਹਾਂਜੀ ਪਿਤਾ ਜੀ ਮੇਰੇ ਬਾਰ-ਬਾਰ ਕਹਿਣ ਤੇ ਵੀ ਤੂੰ ਆਪਣੇ ਕਰਤੱਵ ਨੂੰ ਨਹੀਂ ਪੂਰਾ ਕਰ ਰਿਹਾ ਰਮੇਸ਼ ਨੇ ਆਪਣੇ ਪਿਤਾ ਵੱਲ ਦੇਖਿਆ ਤੇ ਉੱਠ ਕੇ ਖੜਾ ਹੋ ਗਿਆ ਪਰ ਬੋਲਿਆ ਕੁਛ ਨਾ ਜੋ ਕਰਤੱਵ ਨਹੀਂ ਪਾਲਦਾ ਉਹ ਧਰਮੀ ਧਰਮ ਤੋਂ ਬੇਮੁਖ ਹੁੰਦਾ ਹੈ ਪਿਤਾ ਜੀ ਦਾ ਉਪਦੇਸ਼ ਸ਼ੁਰੂ ਸੀ ਪਿਤਾ ਜੀ ਰਿਸ਼ਵਤ ਲੈਣਾ ਧਰਮ ਨਹੀਂ ਹੋ ਸਕਦਾ ਜੋ ਕਲਿਆਣਕਾਰੀ ਹੋਵੇ ਉਹ ਜ਼ਰੂਰੀ ਧਰਮ ਹੁੰਦਾ ਹੈ ਰਿਸ਼ਵਤ ਕਿਸ ਤਰ੍ਹਾਂ ਕਲਿਆਣਕਾਰੀ ਹੈ ਪਿਤਾ ਜੀ ਇਹ ਤੇਰੀਆਂ ਕੁਆਰੀਆਂ ਭੈਣਾਂ ਦਾ ਵਿਆਹ ਕਰਵਾਏਗੀ ਤਨਵੀ ਕਬਡੀ ਕੋਠੀ ਤੇ ਵੱਡੇ ਬੈਂਕ ਬੈਲੈਂਸ ਦਾ ਸਵਾਮੀ ਬਣਾਏਗੀ ਫਿਰ ਇਹ ਕल्याणकारी ਕਿਉਂ ਨਹੀਂ ਯਾਦ ਰੱਖ ਤੇਰੀ ਔਲਾਦ ਦਾ ਭਵਿੱਖ ਕੇਵਲ ਰਿਸ਼ਵਤ ਹੀ ਉਜਲਾ ਕਰ ਸਕਦੀ ਹੈ ਪਿਤਾ ਜੀ ਮੈਂ ਰਿਸ਼ਵਤ ਦੇ ਧੰਨ ਨਾਲ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਕਲਿਆਣ ਨਹੀਂ ਕਰ ਸਕਦਾ ਨਾ ਹੀ ਆਪਣੀ ਔਲਾਦ ਦਾ ਭਵਿੱਖ ਇਸ ਗੰਦੇ ਪੈਸੇ ਨਾਲ ਉਜਲਾ ਕਰਾਂਗਾ ਪੁੱਤਰ ਤੂੰ ਮੈਥੋਂ ਨਹੀਂ ਆਪਣੇ ਕਰਤੱਵ ਤੋਂ ਮੁਨਕਰ ਹੈ ਕਰਤੱਵ ਤੋਂ ਮੁਨਕਰ ਬੰਦਾ ਆਪਣੇ ਧਰਮ ਤੋਂ ਮੁਨਕਰ ਹੁੰਦਾ ਹੈ ਪਿਤਾ ਜੀ ਮੈਂ ਆਪਣੇ ਵਿਚਾਰਾਂ 'ਚ ਅਡਿੱਗੀ ਰਹਾਂਗਾ ਮੂਰਖ ਤੇਰੇ ਵਿਚਾਰ ਧਰਮ ਦੇ ਹਨ ਇਹਨਾਂ ਤੇ ਚੱਲ ਕੇ ਤੂੰ ਆ ਧਰਮ ਦੇ ਮਾਰਗ ਤੇ ਚੱਲੇਗਾ ਸੁਣ ਮੈਂ ਆ ਧਰਮ ਦੀ ਵਿਆਖਿਆ ਕਰਦਾ ਕਰੋ ਪਿਤਾ ਜੀ ਤੁਹਾਡੇ ਪਰਿਵਾਰ ਜਨ ਮਿੱਤਰ ਤੇ ਸਬੰਧੀ ਤੁਹਾਡੇ ਕੋਲੋਂ ਜੋ ਆਸ਼ਾ ਰੱਖਣ ਜੇ ਤੁਸੀਂ ਉਹਦੀ ਪੂਰਤੀ ਨਾ ਕਰੋ ਤਾਂ ਤੁਸੀਂ ਆ ਧਰਮ ਦੇ ਰਾਹ ਤੇ ਅੱਗੇ ਵਧ ਰਹੇ ਹੋ ਆਸ਼ਾ ਰੱਖਣ ਵਾਲੇ ਸਬੰਧੀਆਂ ਦੀਆਂ ਆਸ਼ਾਵਾਂ ਚਾਹੀ ਗਲਤੀ ਕਿਉਂ ਨਾ ਹੋਣ ਕੋਈ ਆਸ਼ਾ ਗਲਤ ਨਹੀਂ ਹੁੰਦੀ ਹਾਂ ਉਹਦੀ ਪੂਰਤੀ ਤੇਰੇ ਲਈ ਮੁਸ਼ਕਲ ਜ਼ਰੂਰ ਹੋ ਸਕਦੀ ਹੈ ਇਸ ਲਈ ਉਸ ਮੁਸ਼ਕਲ ਨੂੰ ਆਸਾਨ ਕਰਨ ਲਈ ਤੂੰ ਰਿਸ਼ਵਤ ਲੈ। ਸਬੰਧੀਆਂ ਤੇ ਪਰਿਵਾਰ ਜਨਾਂ ਦੀਆਂ ਇਛਾਵਾਂ ਪੂਰੀਆਂ ਕਿਉਂ ਕੀਤੀਆਂ ਜਾਣ ਪਿਤਾ ਜੀ? ਪੁੱਤਰ ਸਬੰਧੀ ਹੋਣ ਦੇ ਨਾਤੇ ਇਹ ਉਹਨਾਂ ਦਾ ਅਧਿਕਾਰ ਹੈ। ਉਹਨਾਂ ਨੂੰ ਉਹਨਾਂ ਦਾ ਅਧਿਕਾਰ ਦੇਣ ਲਈ ਮੇਰੇ ਪਿਆਰੇ ਪੁੱਤਰ ਰਿਸ਼ਵਤ ਲੈ। ਰਿਸ਼ਵਤ ਲੈ। ਕਾਨੂੰਨ ਤੇ ਧਰਮ ਦੀਆਂ ਕਿਤਾਬਾਂ 'ਚ ਰਿਸ਼ਵਤ ਨੂੰ ਗਲਤ ਤੇ ਪਾਪ ਕਿਹਾ ਗਿਆ ਹੈ ਪਿਤਾ ਜੀ। ਮੂਰਖ ਪੁੱਤਰ ਇਹ ਅਗਿਆਨਤਾ ਹੈ। ਕਾਨੂੰਨ ਦੀਆਂ ਕਿਤਾਬਾਂ ਹਾਕਮਾਂ ਦੀ ਸਹੂਲਤ ਹੁੰਦੀ ਹੈ। ਧਰਮ ਪੋਸਟਕਾਮ ਵਿੱਚੋਂ ਧਰਮ ਦੀ ਠੀਕ ਵਿਆਖਿਆ ਆਪਣੀ ਨਿੱਜੀ ਪ੍ਰਸਥਿਤੀ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਪਿਤਾ ਜੀ ਸੁਣ ਮੂਰਖ ਪੁੱਤਰ ਪਰਿਵਾਰ ਤੇ ਸਬੰਧੀਆਂ ਦੀ ਪਾਲਣਾ ਤੇ ਉਹਨਾਂ ਨੂੰ ਸੁੱਖ ਦੇਣਾ ਧਰਮ ਹੈ ਇਸ ਕਾਰੇ ਦੀ ਪੂਰਤੀ ਲਈ ਰਿਸ਼ਵਤ ਵੀ ਧਰਮੀ ਹੈ ਪਿਤਾ ਜੀ ਮੈਂ ਰਾشن ਦੀਪੂ ਵਾਲਿਆਂ ਕੋਲੋਂ ਰਿਸ਼ਵਤ ਲੈ ਕੇ ਆਪਣੇ ਸਬੰਧੀਆਂ ਨੂੰ ਸੁੱਖ ਦੇਵਾਂਗਾ ਪਰ ਜਿਹਨਾਂ ਗਰੀਬਾਂ ਨੂੰ ਖੰਡ ਆਟਾ ਤੇ ਮਿੱਟੀ ਦਾ ਤੇਲ ਨਹੀਂ ਮਿਲੇਗਾ ਉਹਨਾਂ ਨੂੰ ਮਿਲਣ ਵਾਲਾ ਦੁੱਖ ਪਾਪ ਤੇ ਧਰਮ ਨਹੀਂ ਮੂਰਖ ਤੈਨੂੰ ਧਰਮ ਦੀ ਪਰਿਭਾਸ਼ਾ ਦਾ ਹੀ ਪਤਾ ਨਹੀਂ ਧਰਮ ਕੇਵਲ ਨਿੱਜੀ ਕਰਤਵ ਦਾ ਹੀ ਪਾਲਨ ਹੈ ਤੂੰ ਆਪਣੇ ਸਬੰਧੀਆਂ ਬਾਰੇ ਸੋਚ ਜਿਨ੍ਹਾਂ ਦਾ ਤੇਰੇ ਤੇ ਅਧਿਕਾਰ ਹੈ ਉਹਨਾਂ ਨੂੰ ਅਧਿਕਾਰ ਤੋਂ ਵੰਚਿਤ ਕਰਕੇ ਆ ਧਰਮ ਦਾ ਭਾਗੀ ਨਾ ਬਣ ਪਿਤਾ ਜੀ ਕੀ ਹੱਕਦਾਰ ਦਾ ਹੱਕ ਅਦਾ ਕਰਨ ਲਈ ਰਿਸ਼ਵਤ ਖੋਰੀ ਤੋਂ ਬਗੈਰ ਕੋਈ ਹੋਰ ਤਰੀਕਾ ਨਹੀਂ ਹੈ ਨਹੀਂ ਪੁੱਤਰ ਨਹੀਂ ਤੇਰੇ ਲਈ ਬਿਲਕੁਲ ਹੀ ਨਹੀਂ ਕਿਉਂ ਪਿਤਾ ਜੀ ਕਿਉਂ ਪੁੱਤਰ ਇਸ ਲਈ ਕਿ ਤੇਰਾ ਰਣ ਖੇਤਰ ਸਰਕਾਰੀ ਦਫਤਰ ਹੈ ਉਥੇ ਤੇਰਾ ਕਰਤੱਵ ਪਾਲਣ ਕੇਵਲ ਰਿਸ਼ਵਤ ਨਾਲ ਹੀ ਹੋ ਸਕਦਾ ਹੈ ਪਿਤਾ ਜੀ ਮੈਂ ਬਲੈਕ ਮਾਰਕੀਟ ਚ ਦੁਗਣੀ ਕੀਮਤ ਦੇ ਕੇ ਰਾਸ਼ਨ ਖਰੀਦਣ ਵਾਲਿਆਂ ਦਾ ਦੁੱਖ ਕਿਵੇਂ ਭੁੱਲਾਂ ਇਹ ਤੇਰਾ ਗਿਆਨ ਹੈ ਪੁੱਤਰ ਅਗਿਆਨ ਤੋਂ 모ਹ ਪੁੱਜਦਾ ਹੈ ਤੇਰਾ ਗਰੀਬਾਂ ਪ੍ਰਤੀ 모ਹ ਹੀ ਤੈਨੂੰ ਰਿਸ਼ਵਤ ਰੂਪੀ ਕਰਤੱਵ ਤੋਂ ਦੂਰ ਰੱਖ ਰਿਹਾ ਹੈ ਉਹਨਾਂ ਲੋਕਾਂ ਦਾ ਧਰਮ ਬਲੈਕ ਵਿੱਚ ਰਾਸ਼ਨ ਖਰੀਦਣ ਦਾ ਹੈ ਆਪਣੇ ਧਰਮ ਪ੍ਰਤੀ ਉਹ ਜਵਾਬਦੇਹ ਹਨ ਤੂੰ ਆਪਣੇ ਧਰਮ ਪ੍ਰਤੀ ਜਵਾਬਦੇਹ ਹੈ ਉਹ ਆਪਣੇ ਧਰਮ ਪਾਲਣ ਲਈ ਚੋਰੀ ਕਰਨ ਤਾਂ ਵੀ ਉਚਿਤ ਤੂੰ ਰਿਸ਼ਵਤ ਲਵੇਂ ਤਾਂ ਵੀ ਉਚਿਤ ਨਿੱਜੀ ਪ੍ਰਸਥਿਤੀਆਂ ਹੀ ਧਰਮ ਨਿਸ਼ਚਿਤ ਕਰਦੀਆਂ ਹਨ ਹਾਂ ਪਿਤਾ ਜੀ ਮੈਨੂੰ ਕੁਝ ਸਮਝ ਆਉਣ ਲੱਗ ਪਈ ਹੈ ਸ਼ਾਬਾਸ਼ ਪੁੱਤਰ ਤੂੰ ਆਪਣੀਆਂ ਇਕਵਾਰੀਆਂ ਭੈਣਾ ਯਾਦ ਕਰ ਆਪਣੀ ਵਿਸ਼ਾਲ ਕੋਠੀ ਤੇ ਘਰ ਦੀ ਕਲਪਨਾ ਕਰ ਭੁੱਲ ਜਾ ਬਲੈਕ ਵਿੱਚ ਰਾਸ਼ਨ ਖਰੀਦਣੋਂ ਅਸਮਰਥ ਭੁੱਖੇ ਮਰਦੇ ਲੋਕ ਤੂੰ ਕਰਤੱਵ ਪਾਲਦਾ ਹੋਇਆ ਰਿਸ਼ਵਤ ਲੈ ਪੁੱਤਰ ਰਿਸ਼ਵਤ ਲੈ ਪਿਤਾ ਜੀ ਮੈਨੂੰ ਗਿਆਨ ਦਾ ਪ੍ਰਕਾਸ਼ ਹੋ ਰਿਹਾ ਹੈ ਸ਼ਹਾਬਾਸ਼ ਪੁੱਤਰ ਨਲਿ ਯਾਦ ਕਰ ਨਿਹੱਥੇ ਦਰੋਣਾਚਾਰੀਆ ਦਾ ਕਤਲ ਅਸ਼ਵਧਾਮਾਂ ਦੇ ਮਰਨ ਬਾਰੇ ਯੁਦਿਸ਼ਤਰ ਦਾ ਝੂਠ ਕਰਨ ਨੂੰ ਬੇਅਸੂਲੀ ਤੇ ਧੋਖੇ ਨਾਲ ਮਾਰਨਾ ਦਰਯੋਦਨ ਨਾਲ ਯੁੱਧ ਸਮੇਂ ਯੁੱਧ ਦੇ ਅਸੂਲ ਦਾ ਭੰਗ ਕਰਨਾ ਪੁੱਤਰ ਉਦੇਸ਼ ਹੀ ਧਰਮ ਹੈ ਉਦੇਸ਼ ਦੀ ਪੂਰਤੀ ਧਰਮ ਪਾਲਣਾ ਦੀ ਸਿਖਰ ਹੈ ਸਾਧਨ ਤੇ ਵਿਧੀ ਦਾ ਮਹੱਤਵ ਹੀਨ ਹੈ ਇਸ ਲਈ ਰਿਸ਼ਵਤ ਝੂਠ ਜਾਂ ਚੋਰੀ ਹਰ ਸਮੇਂ ਆਧਰਮ ਨਹੀਂ ਹੋ ਸਕਦੀ ਸਮੇਂ ਦੇ ਬਦਲਣ ਨਾਲ ਇਹ ਵੀ ਧਰਮ ਹੋ ਜਾਂਦੇ ਹਨ ਧੰਨੋ ਪਿਤਾ ਜੀ ਧੰਨ ਹੋ ਮੇਰੇ ਕਪਾਟ ਖੁੱਲ ਗਏ ਮੈਨੂੰ ਮੇਰੇ ਰਿਸ਼ਵਤ ਧਰਮ ਦਾ ਗਿਆਨ ਹੋ ਗਿਆ ਮੈਂ ਅੱਜ ਦੁਪਹਿਰ ਹੀ ਲਾਲਾ ਠੱਗੂ ਰਾਮ ਨੂੰ ਰਾਸ਼ਨ ਦੀਪੂ ਦੇ ਇਵਜ਼ ਵਿੱਚ 5000 ਰੁਪਏ ਲੈ ਕੇ ਆਪਣੇ ਧਰਮ ਦੀ ਸ਼ੁਰੂਆਤ ਕਰਦਾ ਧੰਨਵਾਦ ਪਿਤਾ ਜੀ ਤੁਸੀਂ ਮੇਰਾ ਅਗਿਆਨ ਦੂਰ ਕੀਤਾ ਰਮੇਸ਼ ਨੇ ਧਰਮ ਪ੍ਰਕਾਸ਼ ਸ਼ਾਸਤਰੀ ਦੇ ਚਰਨ ਚੂਏ ਸ਼ਾਸਤਰੀ ਜੀ ਨੇ ਅਸ਼ੀਰਵਾਦ ਦਿੱਤਾ ਇਸ ਤਰ੍ਹਾਂ ਨਵੇਂ ਗੀਤਾ ਦਾ ਉਪਦੇਸ਼ ਸਫਲਤਾ ਨੂੰ ਪ੍ਰਾਪਤ ਹੋਇਆ ਧੰਨਵਾਦ